ਚੰਡੀਗੜ੍ਹ ਦੇ ਸਟੇਸ਼ਨ ਸੁਪਰਡੈਂਟੈਂਟ ਨੂੰ ਧਮਕੀ ਭਰੇ ਖਤ ਤੋਂ ਬਾਅਦ ਹੁਣ ਸਾਰੇ ਥਾਵਾਂ ਤੇ ਸਖਤੀ ਵਧਾ ਦਿੱਤੀ ਗਈ ਹੈ। ਚੰਡੀਗੜ੍ਹ ਦੇ ਅਸੀਂ ਰੇਲਵੇ ਸਟੇਸ਼ਨ ਮੌਜੂਦ ਹਾਂ ਜਿੱਥੇ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਚਾਹੇ ਉਹ ਸ਼ਤਾਬਦੀ ਹੋਵੇ, ਚਾਹੇ ਜਿੰਨੀ ਵੀ ਟ੍ਰੇਨ ਜੋ ਇੱਥੇ ਪਹੁੰਚ ਰਹੀ ਹੈ ਉਹਨਾਂ ਦੇ ਪੂਰੀ ਸਖਤੀ ਕੀਤੀ ਜਾ ਰਹੀ ਹੈ। ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੀ ਤਖਤੀ ਸਖਤੀ ਕੀਤੀ ਗਈ ਹੈ, ਹਾਲਾਂਕਿ ਪੂਰੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ। ਵੱਖ ਵੱਖ ਸਟੇਸ਼ਨਸ ਤੇ ਪੰਜਾਬ ਦੀ ਅਸੀਂ ਗੱਲ ਕਰ ਲਈਏ ਔਰ ਜਿੱਥੇ ਜਿਹੜੀ ਕਿਹਾ ਗਿਆ ਧਮਕੀ ਭਰੀ ਜਿਹੜੀ ਕਾਲ ਆਈ ਹੈ ਉਸ ਤੋਂ ਬਾਅਦ ਹੁਣ ਲਗਾਤਾਰ ਜਿਹੜੀ ਸਖਤੀ ਹੈ ਉਹ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਨੇ ਜਿੱਥੇ ਰੇਲਵੇ ਡਿਪਾਰਟਮੈਂਟ ਤੇ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਰਾਰਤੀ ਅੰਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ, ਇਸ ਕਰਕੇ ਪੂਰਾ ਜਿਹੜਾ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ। ਹਾਲਾਂਕਿ ਸਟੇਸ਼ਨ ਸੁਪਰਡੈਂਡੈਂਟ ਨੂੰ ਇੱਕ ਲੈਟਰ ਮਿਲਿਆ ਸੀਗਾ ਲਸ਼ਕਰ ਏ ਤੈਯਬਾ ਦਾ, ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਪੰਜਾਬ ਦੇ ਕਈ ਰੇਲਵੇ ਸਟੇਸ਼ਨ ਹੈ ਉਹਨਾਂ ਨੂੰ ਅਸੀਂ ਬੰਬ ਤੋੜਾ ਦਾਂਗੇ, ਆਪਣੀ ਜਿਹੜੀ ਆਪਣੀ ਅਸੀਂ ਬਦਲਾ ਲੈਣਾ, ਆਪਣੇ ਸਾਥੀਆਂ ਦਾ ਬਦਲਾ ਲੈਣਾ, ਜਿਸ ਤੋਂ ਬਾਅਦ ਹੁਣ ਪੂਰਾ ਸੁਰੱਖਿਆ ਏਜੰਸੀਆਂ ਵੀ ਅਲਰਟ ਮੋਡ 'ਤੇ ਨੇ। ਸੁਰੱਖਿਆ ਏਜੰਸੀਆਂ ਦੇ ਨਾਲ ਨਾਲ ਹੋਰ ਵੀ ਜਿਹੜੀ ਰੇਲਵੇ ਪੁਲਿਸ ਹੈ, ਨਾਲ ਦੇ ਨਾਲ ਜਿਹੜੀ ਸਟੇਟ ਪੁਲਿਸ ਹੈ, ਉਹਨਾਂ ਵੱਲੋਂ ਵੀ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ। ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੀ ਤਸਵੀਰਾਂ ਨੇ ਜਿੱਥੇ ਪੂਰਾ ਬੈਗਸ ਦੇ ਨਾਲ ਨਾਲ ਜਿੰਨੇ ਵੀ ਜਿਹੜੇ ਸ਼ੱਕੀ ਲੋਕ ਹੈ ਉਹਨਾਂ ਨੂੰ ਵੀ ਡਿਟੇਨ ਕਰਕੇ ਪੂਰਾ ਚੈੱਕ ਕੀਤਾ ਜਾ ਰਿਹਾ। ਹਾਲਾਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਕੋਤਾਹੀ ਨਾ ਹੋਵੇ ਇਸ ਕਰਕੇ ਪੂਰਾ ਚੈਕਿੰਗ ਦਾ ਦੌਰ ਕੀਤਾ ਜਾ ਰਿਹਾ। ਜਿੰਨੀ ਵੀ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਬਸ ਸਟੈਂਡ ਦੀ ਅਸੀਂ ਗੱਲ ਕਰ ਲਈਏ, ਜਿਹੜੇ ਚੰਡੀਗੜ੍ਹ ਦੇ ਨਾਲ ਨਾਲ ਪੰਜਾਬ ਦੇ ਬੱਸ ਸਟੈਂਡ ਨੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਨੇ, ਉੱਥੇ ਕੋਈ ਵੀ ਜਿਹੜੀ ਕੋਤਾਹੀ ਨਾ ਵਰਤੇ ਇਸ ਕਰਕੇ ਪੂਰਾ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ। ਔਰ ਚੰਡੀਗੜ੍ਹ ਰੇਲਵੇ ਸਟੇਸ਼ਨ ਮੌਜੂਦਾ ਸ਼ਤਾਬਦੀ ਜਿਹੜੀ ਉੱਥੋਂ ਪਹੁੰਚ ਰਹੀ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਵੱਲੋਂ ਰੇਲਵੇ ਪੁਲਿਸ ਵੱਲੋਂ ਪੂਰੀ ਸਖਤੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਰੇਲਵੇ ਸਟੇਸ਼ਨ 'ਚ ਜਿਹੜੀ ਚੰਡੀਗੜ੍ਹ ਰੇਲਵੇ ਪੁਲਿਸ ਹੈ ਉਹਨਾਂ ਵੱਲੋਂ ਪੂਰਾ ਲੋਕਾਂ ਨੂੰ ਵੀ ਪੈਸੈਂਜਰ ਨੂੰ ਵੀ ਦੱਸਿਆ ਜਾ ਰਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬੈਡ ਅੰਸਰ ਹੋਵੇ ਜਾਂ ਕੋਈ ਸ਼ੱਕੀ ਚੀਜ਼ ਤੁਸੀਂ ਦੇਖੋ ਤਾਂ ਨਾਲ ਦੇ ਨਾਲ ਹੀ ਤੁਸੀਂ ਪੁਲਿਸ ਨੂੰ ਕਨਫਰਮ ਕਰੋ, ਰੇਲਵੇ ਪੁਲਿਸ ਨੂੰ ਕਨਫਰਮ ਕਰੋ ਔਰ ਇਹ ਲੋਕਾਂ ਨੂੰ ਜਿਹੜਾ ਹੈਗਾ ਦੱਸਿਆ ਜਾ ਰਿਹਾ। ਔਰ ਕਿਸੇ ਵੀ ਤਰ੍ਹਾਂ ਦਾ ਕੋਈ ਮਕਸਦ ਇਹੀ ਹੈ ਕਿ ਕੋਈ ਸ਼ੱਕੀ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਰੇਲਵੇ ਸਟੇਸ਼ਨ ਤੇ ਤੁਹਾਨੂੰ ਦਿਖਦਾ ਹੈ ਜਾਂ ਕੋਈ ਸਮਾਨ ਦਿਖਦਾ ਹੈ ਤਾਂ ਉਹਨੂੰ ਤੁਸੀਂ ਨਾਲ ਦੇ ਨਾਲ ਰੇਲਵੇ ਪੁਲਿਸ ਨੂੰ ਕੰਟੈਕਟ ਕਰੋ ਜਾਂ ਉੱਥੇ ਨੇੜੇ ਤੇੜੇ ਜਿਹੜੇ ਵੀ ਪੁਲਿਸ ਸਟੇਸ਼ਨ ਹੈ ਉਹਨੂੰ ਤੁਸੀਂ ਕੰਟੈਕਟ ਕਰੋ। ਹਾਲਾਂਕਿ ਇੱਕ ਲੈਟਰ ਮਿਲਿਆ ਸੀਗਾ ਜਿਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਕਿਸੇ ਵੀ ਤਰ੍ਹਾਂ ਕੋਈ ਵੀ ਜਿਹੜਾ ਸ਼ੱਕੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਹੋਵੇ, ਹਾਲਾਂਕਿ ਇੱਕ ਲੈਟਰ ਜਿਹੜਾ ਸਟੇਸ਼ਨ ਸੁਪਰਡੈਂਟੈਂਟ ਚੰਡੀਗੜ੍ਹ ਨੂੰ ਮਿਲਿਆ ਸੀਗਾ ਜਿਹਦੇ ਵਿੱਚ ਬੜਾ ਹੀ ਕਲੀਅਰ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਹੋਇਆ ਸੀਗਾ। ਇਹਦੇ ਇਸ ਮੱਦੇਨਜ਼ਰ ਪੁਲਿਸ ਵੱਲੋਂ ਪੂਰਾ ਇਹਦੇ ਵਿੱਚ ਦੇਖਿਆ ਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਖਤ 'ਚ ਕੀ ਲਿਖਿਆ ਗਿਆ ਸੀਗਾ, ਇਹਦੇ ਖਤ 'ਚ ਇੱਕ ਮਿਲਿਆ ਸੀ, ਹੇ ਖੁਦਾ ਮੁਝੇ ਮਾਫ਼ ਕਰ, ਜੰਮੂ ਕਸ਼ਮੀਰ ਸੇ ਆਪਣੇ ਜਿਹਾਦੀਓ ਕੀ ਮੌਤ ਕਾ ਬਦਲਾ ਜ਼ਰੂਰ ਲੇਂਗੇ। ਹਮ ਠੀਕ 21 ਜੂਨ ਕੋ ਜੰਮੂ ਕੇ ਰੇਲਵੇ ਸਟੇਸ਼ਨ ਕਠੂਆ ਪਠਾਨਕੋਟ ਬਿਆਸ ਬਟਿੰਡਾ ਰੇਲਵੇ ਸਟੇਸ਼ਨ ਕੋ ਬੰਬ ਸੇ ਉੜਾ ਦੇਂਗੇ। ਹਮ ਠੀਕ 23 ਜੂਨ ਕੋ ਕਟਰਾ ਵੈਸ਼ਨੋ ਦੇਵੀ ਮੰਦਿਰ, ਅਮਰਨਾਥ, ਸ਼੍ਰੀਨਗਰ ਕੇ ਲਾਲ ਚੌਕ, ਅੰਮ੍ਰਿਤਸਰ ਕੇ ਸੋਨ ਮੰਦਿਰ, ਹਿਮਾਚਲ ਕੇ ਕਈ ਮੰਦਿਰੋ ਕੋ ਬੰਬ ਸੇ ਉੜਾਏਂਗੇ। ਇਸ ਤਰ੍ਹਾਂ ਦੀ ਜਿਹੜੀ ਧਮਕੀ ਭਰੀ ਕਾਲ ਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਜਿੰਨੇ ਵੀ ਜਿਹੜੇ ਆਫੀਸਰਸ ਨੇ ਉਹ ਵੀ ਲਗਾਤਾਰ ਚੈਕਿੰਗ ਕਰਦੇ ਨਜ਼ਰ ਆ ਰਹੇ ਨੇ। ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਜਿਹੜਾ ਉਹ ਖਰਾਬ ਨਾ ਹੋਵੇ। ਇਸ ਕਰਕੇ ਪੂਰੀ ਚੈਕਿੰਗ ਜਿਹੜੀ ਹੈ ਰੇਲਵੇ ਸਟੇਸ਼ਨ 'ਚ ਕੀਤੀ ਜਾ ਰਹੀ, ਚੰਡੀਗੜ੍ਹ ਦੇ ਨਾਲ ਨਾਲ ਪੰਜਾਬ ਦੇ ਰੇਲਵੇ ਸਟੇਸ਼ਨ ਜਿਹੜੇ ਨੇ ਉੱਥੇ ਵੀ ਚੈਕਿੰਗ ਕੀਤੀ ਜਾ ਰਹੀ ਹੈ। ਜਿਹੜੇ ਬੈਗ ਨੇ, ਕੋਈ ਸ਼ੱਕੀ ਬੈਗ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਬੈਗ ਹੈ, ਉਸ ਨੂੰ ਵੀ ਪੂਰੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਹੈ।
ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ, ਹਾਲਾਂਕਿ ਚੰਡੀਗੜ੍ਹ ਪੁਲਿਸ ਦੇ ਨਾਲ ਵੀ ਜੁਆਇੰਟ ਆਪਰੇਸ਼ਨ ਕੀਤਾ ਗਿਆ ਸੀਗਾ ਰੇਲਵੇ ਪੁਲਿਸ ਦਾ, ਰੇਲਵੇ ਪੁਲਿਸ ਫੋਰਸ ਦਾ, ਔਰ ਵੱਖ ਵੱਖ ਜਿਹੜੇ ਸਟੇਸ਼ਨ 'ਚ ਜਿਹੜੀ ਵੀ ਆ ਰਹੀ ਹੈ ਉਸਨੂੰ ਸਾਰਾ ਚੈੱਕ ਕੀਤਾ ਜਾ ਰਿਹਾ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਹੈ। ਹਾਲਾਂਕਿ ਸੁਰੱਖਿਆ ਏਜੰਸੀ ਵੀ ਇਸ ਲੈਟਰ ਤੋਂ ਬਾਅਦ ਕਿਤੇ ਨਾ ਕਿਤੇ ਪੂਰਾ ਅਲਰਟ ਹੈ, ਔਰ ਅਲਰਟ ਤੋਂ ਬਾਅਦ ਹਾਲਾਂਕਿ ਅਫਸਰ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬੈਡ ਅਨਸਰ, ਕਿਸੇ ਵੀ ਤਰ੍ਹਾਂ ਦਾ ਕੋਈ ਸ਼ਰਾਰਤੀ ਅਨਸਰ ਇਹਦੇ 'ਚ ਨਾ ਹੋ। ਇਸ ਕਰਕੇ ਜਿੰਨੇ ਵੀ ਜਿਹੜੇ ਬੈਗਸ ਨੇ ਜਾਂ ਫਿਰ ਕੋਈ ਵੀ ਇੱਥੇ ਰੱਖੇ ਹੋਏ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੀ, ਆਫਿਸਰਸ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਉਹ ਨਾ ਹੋਵੇ ਇਹ ਬੈਗ ਨੇ। ਰਵਿੰਦਰ ਸਿੰਘ ਜੀ, ਕਿਸ ਤਰ੍ਹਾਂ ਕੀ ਚੈਕਿੰਗ ਕੀ ਜਾ ਰਹੀ ਹੈ, ਕਿਉਂਕਿ ਕਈ ਦਿਨੋਂ ਸੇ ਕਿਸ ਕੋਈ ਥ੍ਰੈਟ ਕਾਲ ਜਾਂ ਕਿਉਂਕਿ ਅਭੀ ਵੀ ਜੋ ਹੈ ਥ੍ਰੈਟ ਇੱਕ ਲੈਟਰ ਆਇਆ ਹੈ, ਚੈਕਿੰਗ ਕਿਸ ਤਰ੍ਹਾਂ ਸੇ ਕੀ ਜਾ ਰਹੀ ਹੈ? ਸੁਰੱਖਿਆ ਕੇ ਮੱਦੇਨਜ਼ਰ ਚੈਕਿੰਗ ਕਰ ਰਹੇ ਹੈ ਹਮ, ਤਾਂਕਿ ਕੋਈ ਕਿਸੀ ਤਰੀਕੇ ਕੀ ਕੋਈ ਘਟਨਾ ਨਾ ਹੋ, ਸਭ ਕੁਛ ਰੇਪ ਸੇਫ ਰਹੇ। ਹਮਾਰੇ ਜੋ ਯਾਤਰੀ ਹੈ ਵੋ ਰੇਲ ਮੇ ਜਿਸ ਸੁਰੱਖਿਆ ਕੇ ਸਾਥ ਯਾਤਰਾ, ਉਨਕੇ ਅੰਦਰ ਯੇ ਭਾਵ ਰਹੇ ਕਿ ਹਾਂ ਵੋ ਏਕਦਮ ਸੇ ਸੁਰੱਖਿਅਤ ਹੈ ਔਰ ਸਭ ਠੀਕ ਠਾਕ ਹੈ। ਚੰਡੀਗੜ੍ਹ ਚੈਕਿੰਗ ਅਗਰ ਹਮ ਬਾਤ ਕਰੇ, ਜੋ ਵੀ ਟ੍ਰੇਨਸ ਯਹਾਂ ਪਰ ਆ ਰਹੀ ਹੈ, ਸਭੀ ਕੀ ਚੈਕਿੰਗ ਜੋ ਹੈ ਰੈਂਡਮ ਚੈਕਿੰਗ ਕੀ ਜਾ ਰਹੀ ਹੈ? ਰੈਂਡਮ ਚੈਕਿੰਗ ਜੋ ਵੀ ਹੋ ਰਹੀ ਹੈ, ਜਹਾਂ ਵੀ ਸਟਾਫ ਅਵੇਲੇਬਲ ਹੋ ਰਹਾ ਹੈ, ਆਲਮੋਸਟ ਸਭ ਕੀ। ਵੈਸੇ ਰੈਗੂਲਰ ਚੈਕਿੰਗ ਤੋਂ ਹਰ ਜਹਾਂ ਵੀ ਆਤੀ ਹੈ ਟ੍ਰੇਨ, ਹਰ ਪਲੇਟਫਾਰਮ ਪੇ ਹਮਾਰਾ ਸਟਾਫ ਹੋਤਾ ਹੈ, ਵੋ ਚੈੱਕ ਕਰਤਾ ਹੈ। ਉਸਕੇ ਅਲਾਵਾ ਵੀ ਹਮ ਬੀਚ ਬੀਚ ਮੇ ਰੈਂਡਮ ਚੈਕਿੰਗ ਜੋ ਹੈ ਕਰਤੇ ਰਹਤੇ ਹੈ। ਲੋਗੋ ਕੋ ਕਿਸ ਤਰ੍ਹਾਂ ਕੀ ਹਿਦਾਇਤੇ ਦੇ ਰਹੇ ਹੈ, ਕਿਸ ਤਰ੍ਹਾਂ ਸੇ ਅਵੇਅਰ ਜੋ ਹੈ ਲੋਗੋ ਕੋ ਅਵੇਅਰ ਕੀਆ ਜਾ ਰਹਾ ਹੈ ਕਿ ਕਿਸੀ ਵੀ ਤਰੀਕੇ ਕਾ ਕੋਈ ਅਨਅਟੈਂਡੈਂਟ ਅਗਰ ਐਸ ਕੁਛ ਦਿਖਤਾ ਹੈ ਜਾਂ ਫਿਰ ਕੋਈ ਔਰ ਇਸ ਤਰੀਕੇ ਕੀ ਵੋ ਹੈ, ਅਨਜਾਨ ਆਦਮੀ ਸੇ ਕੁਛ ਖਾਣੇ ਪੀਣੇ ਕੀ ਚੀਜ਼ੇ ਨਾ ਲੇ, ਕੋਈ ਔਰ ਥ੍ਰੈਟ ਹੋ ਤੋ ਵੋ ਹਮੇ ਜੋ ਹੈ ਤੁਰੰਤ ਬਤਾਏ, ਸਿਕਿਉਰਿਟੀ ਪਰਸਨਲ ਕੋ ਬਤਾਏ, ਹੈਲਪਲਾਈਨਸ ਪੇ ਕਾਲ ਕਰੇ, ਇਸ ਤਰੀਕੇ ਸੇ ਜੋ ਹੈ ਇਨਕੋ ਅਵੇਅਰ ਕੀਆ। ਸਮਾਨ ਜੋ ਹੈ ਸਰ, ਸ਼ੱਕੀ ਜੋ ਬੈਗ ਹੈ ਜਾਂ ਕਿਸੀ ਤਰ੍ਹਾਂ ਦਾ ਕੋਈ ਸਮਾਨ ਹੈ ਅਗਰ ਵੋ ਮਿਲਤਾ ਹੈ ਤੋ ਕਿਸੀ ਤਰ੍ਹਾਂ ਸੇ ਕੋਈ ਆਪਣੇ ਹੈਲਪਲਾਈਨ ਨੰਬਰ ਜਾਂ ਲੋਗੋ ਕੋ ਅਵੇਅਰ ਕਰ ਰਹੇ ਹੈ ਕਿ ਸਾਥ ਕੇ ਸਾਥ ਜੋ ਹੈਲਪ ਸੂਚਿਤ ਕੀਆ ਜਾਏ? ਹੈਲਪਲਾਈਨ ਨੰਬਰ ਰੇਲ ਕਾ ਜਾਰੀ ਕੀਆ ਹੁਆ ਹੈ 139, ਅਗਰ ਕਿਸੀ ਕੋ ਵੀ ਕਿਸੀ ਤਰੀਕੇ ਕੀ ਸਮੱਸਿਆ ਹੋਤੀ ਹੈ ਤੋ ਵੋ ਉਸ ਹੈਲਪਲਾਈਨ ਨੰਬਰ ਪੇ ਕਾਲ ਕਰਕੇ ਜੋ ਹੈ ਤੁਰੰਤ ਉਸਕੋ ਹੈਲਪ ਮਿਲ ਜਾਏਗੀ। ਨੈਕਸਟ ਸਟੇਸ਼ਨ ਪੇ 100% ਜੋ ਹੈ ਕੋਈ ਨਾ ਕੋਈ ਆਦਮੀ ਸਿਕਿਉਰਿਟੀ ਕਾ RPF ਕਾ ਉਨਕੋ ਉਪਲਬਧ ਹੋਤਾ ਹੈ। ਸਰ, ਚੰਡੀਗੜ੍ਹ ਪੁਲਿਸ ਕੇ ਸਾਥ ਵੀ ਕੋਆਰਡੀਨੇਸ਼ਨ ਆਪਰੇਸ਼ਨ ਕੀਆ ਜਾ ਰਹਾ ਹੈ ਆਪਕੀ ਪੁਲਿਸ ਕੇ ਸਾਥ? ਹਾਂ ਹਾਂ, ਲਗਾਤਾਰ ਹੋ ਰਹੇ ਹੈ ਕੋਆਰਡੀਨੇਸ਼ਨ ਮੀਟਿੰਗ। ਅਭੀ ਵੀ ਹਮਾਰੇ ਜੋ ਸਾਹਿਬ ਹੈ ਉਨ੍ਹੋਂਨੇ ਯਹਾਂ SHO ਸਾਹਿਬ ਕੇ ਸਾਥ ਮੀਟਿੰਗ ਕਰੀ ਥੀ, ਹਮ ਵੀ ਲਗਾਤਾਰ ਮੀਟਿੰਗ ਕਰ ਰਹੇ ਹੈ, ਹਰ ਕਿਸੀ ਕੇ ਸਾਥ ਕੋਆਰਡੀਨੇਟ ਕਰਕੇ ਜੋ ਹੈ ਸੁਰੱਖਿਆ ਕੋ ਪੂਰੀ ਤਰੀਕੇ ਸੇ ਮਜ਼ਬੂਤ ਕੀਆ ਜਾ ਰਹਾ ਹੈ। ਡੌਗ ਸਕੁਐਡ ਸਰਚਿੰਗ ਵੀ ਹੋ ਰਹੀ? ਹਾਂ ਹਾਂ, ਡੌਗ ਕੀ ਵੀ ਸਰਚਿੰਗ ਲਗਾਤਾਰ ਜਾਰੀ ਰਹਤੀ ਹੈ, ਬੀਚ ਬੀਚ ਮੇ ਜਬ ਵੀ ਹਮੇ ਆਵਸ਼ਕਤਾ ਹੋਤੀ ਹੈ। ਡੇਲੀ ਤੋ ਵੋ ਕਰਤੇ ਹੀ ਹੈ ਰੂਟੀਨ ਮੇ, ਜਹਾਂ ਐਸੀ ਕੋਈ ਜ਼ਰੂਰਤ ਹੋਤੀ ਹੈ ਵਹਾਂ ਵੀ ਜੋ ਹੈ ਵੋ ਰੈਗੂਲਰ ਡੌਗ। ਲੈਟਰ ਮਿਲਨੇ ਕੇ ਬਾਅਦ ਕੁਛ ਔਰ ਵੀ ਸਖਤੀ ਬੜਾਈ ਗਈ ਹੈ, ਕਿਉਂਕਿ ਚੰਡੀਗੜ੍ਹ ਕੇ ਸਾਥ ਸਾਥ ਪੰਜਾਬ ਕੇ ਕਈ ਰੇਲਵੇ ਸਟੇਸ਼ਨ ਕੀ ਵੀ ਬਾਤ ਕੀ ਗਈ ਹੈ, ਧਮਕੀ ਦੀ ਗਈ ਹੈ? ਉਸਕੇ ਬਾਅਦ ਵੀ ਬਹੁਤ ਜੋ ਹੈ ਹਮਨੇ ਅਲਰਟਨੈਸ ਬੜਾਈ ਹੈ, ਸਟਾਫ ਕੋ ਪੂਰੀ ਤਰ੍ਹਾਂ ਸੇ ਅਵੇਅਰ ਕੀਆ ਹੈ, ਆਪਣੇ ਸਾਥ ਸਾਥ ਜੋ ਰੇਲਵੇ ਸਟਾਫ ਹੈ ਉਨਕੋ ਅਵੇਅਰ ਕੀਆ ਹੈ, ਔਰ ਜਿਤਨੇ ਯਹਾਂ ਸਟੇਕ ਹੋਲਡਰਸ ਹੈ ਸਭ ਕੋ ਅਵੇਅਰ ਕੀਆ ਹੈ, ਹਰ ਕਿਸੀ ਕੋ ਅਵੇਅਰ ਕੀਆ ਜਾ ਰਿਹਾ, ਪੈਸੇਂਜਰਸ ਕੋ ਸਾਥ ਸਾਥ ਅਵੇਅਰ ਕੀਆ ਜਾ ਰਿਹਾ ਹੈ, ਯਦੀ ਕੋਈ ਵੀ ਉਨਕੋ ਯੇ ਹੋਤਾ ਹੈ ਇਸ ਤਰੀਕੇ ਕੀ ਕੋਈ ਉਨਕੇ ਸੰਗਿਆਨ ਮੇ ਆਤੀ ਤੋ ਵੋ ਤੁਰੰਤ ਹਮੇ ਬਤਾਏ, ਹਮ ਉਸਕੇ ਉਪਰ ਐਕਸ਼ਨ ਲੇਂਗੇ। ਬਿਲਕੁਲ, ਲਾਅ ਐਂਡ ਆਰਡਰ ਕਿਸੇ ਵੀ ਤਰ੍ਹਾਂ ਦਾ ਖਰਾਬ ਨਹੀਂ ਹੋਣ ਦਿੱਤਾ ਜਾਏਗਾ। ਇਸ ਕਰਕੇ ਮੱਦੇਨਜ਼ਰ ਸਾਰੇ ਜਿੰਨੇ ਵੀ ਜਿਹੜੇ ਆਫਿਸਰਸ ਨੇ ਉਹਨਾਂ ਵੱਲੋਂ ਪੂਰਾ ਲੋਕਾਂ ਨੂੰ ਵੀ ਅਵੇਅਰ ਕੀਤਾ ਜਾ ਰਿਹਾ, ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਕੋਈ ਵੀ ਸਸਪੈਕਟ ਦਿਖਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਸਪੈਕਟ ਬੈਗ ਦਿਖਦਾ ਤਾਂ ਉਸਨੂੰ ਨਾਲ ਦੇ ਨਾਲ ਹੀ ਪੁਲਿਸ ਨੂੰ ਜਿਹੜੀ ਰੇਲਵੇ ਪੁਲਿਸ ਹੈ ਉਸਨੂੰ ਕਨਫਰਮ ਕੀਤਾ ਜਾਵੇ, ਉਹਨਾਂ ਨੂੰ ਇਨਫੋਰਮ ਕੀਤਾ ਜਾਵੇ, ਔਰ ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਬੈਡ ਅਨਸਰ, ਕਿਉਂਕਿ ਜਿਹੜੀ ਲੈਟਰ ਮਿਲੀ ਹੈ ਉਸ ਤੇ ਮੱਦੇਨਜ਼ਰ ਕਈ ਚੀਜ਼ਾਂ ਦਾ ਧਿਆਨ ਰੱਖਿਆ ਜਾ ਰਿਹਾ। ਹਾਲਾਂਕਿ ਚੰਡੀਗੜ੍ਹ ਦੇ ਸਟੇਸ਼ਨ ਸੁਪਰਡੈਂਡੈਂਟ ਨੂੰ ਇੱਕ ਲੈਟਰ ਮਿਲੀ ਸੀ ਜਿਹਦੇ ਵਿੱਚ ਆਤੰਕੀ ਸੰਗਠਨ ਦਾ ਨਾਂ ਲਿਆ ਗਿਆ ਸੀਗਾ ਤੇ ਉਹਨਾਂ ਨੇ ਬੰਬ ਤੋਂ ਉਡਾਉਣ ਦੀ ਧਮਕੀ ਜਿਹੜੀ ਹੈ ਉਹ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹੁਣ ਰੇਲਵੇ ਪੁਲਿਸ ਦੇ ਨਾਲ ਨਾਲ ਸੁਰੱਖਿਆ ਏਜੰਸੀਜ਼,
ਸਟੇਟ ਦੀ ਜਿੰਨੀ ਵੀ ਪੁਲਿਸ ਹੈ ਉਹਨਾਂ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ, ਸਿਕਿਉਰਿਟੀ ਦੇ ਖਾਸ ਤੌਰ ਤੇ ਸਿਕਿਉਰਿਟੀ ਦੇ ਅਰੇਂਜਮੈਂਟ ਕੀਤੇ ਗਏ ਨੇ, ਔਰ ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਲਾਅ ਐਂਡ ਆਰਡਰ ਜਿਹੜਾ ਉਹ ਖਰਾਬ ਨਾ ਹੋਵੇ, ਔਰ ਜਿੰਨੀ ਵੀ ਜਿਹੜੀ ਪੁਲਿਸ ਵੱਲੋਂ ਸਖਤੀ ਦੇ ਨਾਲ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਬਿਲਕੁਲ ਇਹ ਰੇਲਵੇ ਸਟੇਸ਼ਨ ਹੈ ਜਿੱਥੇ ਵੱਖ ਵੱਖ ਜਿੰਨੀ ਵੀ ਟ੍ਰੇਨਸ ਆ ਰਹੀ ਹੈ ਜਾਂ ਫਿਰ ਸਮਾਨ ਪਿਆ ਉਹਦੀ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੀ ਇਹ ਤਸਵੀਰਾਂ ਨੇ ਜਿੱਥੇ ਪੂਰਾ ਜਿਹੜਾ ਰੇਲਵੇ ਸਟੇਸ਼ਨ ਦੇ ਪੁਲਿਸ ਹੈ ਜਾਂ ਫਿਰ ਹੋਰ ਵੀ ਜਿਹੜੀ ਸੀਆਈਡੀ ਵਿੰਗ ਹੈ ਉਹ ਵੀ ਹੁਣ ਪੂਰਾ ਤੈਨਾਤ ਹੈ, ਇਸ ਕਰਕੇ ਪੂਰੀ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਟ੍ਰੇਨ ਜਿੱਥੇ ਆ ਰਹੀ ਹੈ ਉਹਨਾਂ ਦੇ ਬੈਗਸ ਉਹਨਾਂ ਦੀ ਸਾਰੀ ਚੈਕਿੰਗ ਕਰਨ ਤੋਂ ਬਾਅਦ ਇਹ ਪੂਰਾ ਚੈੱਕ ਕੀਤਾ ਜਾ ਰਿਹਾ। ਹਾਲਾਂਕਿ ਜਿਹੜੇ ਵੀ ਪੈਸੇਂਜਰ ਆਏ ਨੇ ਜਾਂ ਕਿਤੇ ਵੀ ਜਿਹੜੇ ਆਏ ਨੇ ਉਹਨਾਂ ਵੱਲੋਂ ਪੂਰਾ ਚੈੱਕ ਕੀਤਾ ਜਾ ਰਿਹਾ, ਔਰ ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਕੋਈ ਸ਼ਰਾਰਤੀ ਅੰਸਰ ਕਿਸੇ ਵੀ ਤਰ੍ਹਾਂ ਦਾ ਕੋਈ ਬੈਡ ਅੰਸਰ ਉਹ ਨਾ ਜਿਹੜਾ ਹੈਗਾ ਉਹ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।